ਮੈਂ ਤਾਂ ਚੜ੍ਹਦੀ ਕਲਾ ਵਿੱਚ ਪਰ ਲੋਕਾਂ ਦੇ ਪੁੱਤ ਜੇਲ੍ਹਾਂ ਵਿੱਚ ਜ਼ਰੂਰ ਮੈਂ ਭੇਜ ਦਿੱਤੇ। ਇਹ ਜਵਾਬ ਕੌਣ ਦੇਊਗਾ ਜਿਹੜਾ ਪਹਿਲਾਂ ਬਿਆਨ ਦਿੱਤਾ ਸੀ ਉਹਦੇ ਨਾਲ ਜੋੜ ਕੇ ਦੇਖ ਲਓ। ਹੁਣ ਅੰਮ੍ਰਿਤਪਾਲ ਕੀ ਕਹਿੰਦੇ? ਅੰਮ੍ਰਿਤਪਾਲ ਕਹਿੰਦਾ ਜਸਦਾਰ ਦੀ ਰਹਿਨਮਾਈ ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਜਾਵੇ, ਜਸਦਾਰ ਨੂੰ ਮੈਂ ਅਪੀਲ ਕਰਦਾ। ਇਹਦਾ ਜਵਾਬ ਕੌਣ ਦੇਊਗਾ? ਤੁਹਾਡੇ ਕਹਿਣ ਦਾ ਮਤਲਬ ਕਿ ਜਥੇਦਾਰ ਤੇ ਅੰਮ੍ਰਿਤਪਾਲ ਸਿੰਘ ਰਲੇ ਹੋਏ ਨੇ ਆਪਸ 'ਚ? ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਸਾਰਾ ਕਿਹਾ ਗਿਆ ਆ ਕਿ ਮੈਂ ਗ੍ਰਿਫਤਾਰ ਨਹੀਂ ਹੋਇਆ, ਇਹਦੇ 'ਚ ਕੋਈ ਬਾਦਲਾਂ ਦਾ ਤੇ ਲੈਣਾ ਦੇਣਾ ਹੈ ਨਹੀਂ ਜਿਹਨੂੰ ਤੁਸੀਂ ਉਹਨਾਂ ਨੂੰ ਬਿਨਾਂ ਗੱਲ ਤੋਂ ਵਿੱਚ ਲਿਆ ਰਹੇ ਹੋ। ਬਾਦਲ ਹੁਣ ਵੀ ਮਰ ਚੁੱਕਿਆ, ਅੰਮ੍ਰਿਤਪਾਲ ਵੀ ਮਰਿਆ ਹੋਇਆ ਬੋਲ ਰਿਹਾ ਇਸ ਵਕਤ। ਪਰ ਜਿਹੜੀ ਅੰਮ੍ਰਿਤਪਾਲ ਸਿੰਘ ਨੇ ਇੱਕ ਜਥੇਦਾਰ ਨੂੰ ਅਪੀਲ ਕੀਤੀ ਆ, ਉਹਨਾਂ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਰਲੇ ਹੋਏ ਆ ਆਪਾਂ, ਜਿਸ ਤਰ੍ਹਾਂ ਤੁਸੀਂ ਓਪਨਲੀ ਕਹਿ ਰਹੇ ਹੋ। ਜਥੇਦਾਰ ਕਿਹਨਾਂ ਦਾ? ਬਾਦਲਾਂ ਜਥੇਦਾਰ ਹੈ ਵਿਕਰਮ ਜੀ, ਕਿਉਂ ਨਹੀਂ ਤੁਸੀਂ ਸਮਝ ਰਹੇ ਮੇਰੀ ਗੱਲ ਨੂੰ? ਜਥੇਦਾਰ ਬਾਦਲਾਂ ਦਾ, ਇਹ ਜਥੇਦਾਰ ਬਾਦਲਾਂ ਦੀ ਕਠਪੁਤਲੀ ਹੈ, ਮੈਂ ਇਕੱਲਾ ਥੋੜੀ ਕਹਿ ਰਿਹਾ, ਸਾਰੇ ਕਹਿ ਰਹੇ ਨੇ। ਵਿਕਰਮ ਜੀ ਜਿਹੜੀ ਵੀਡੀਓ ਬਣਾਈ ਗਈ ਹੈ ਇਹ ਡਰਾ ਧਮਕਾ ਕੇ ਬਣਾਈ ਗਈ ਹੈ ਅੰਮ੍ਰਿਤਪਾਲ ਤੋਂ, ਅੰਮ੍ਰਿਤਪਾਲ ਦੇ ਜਿਹੜੇ ਬੋਲ ਨੇ ਦੱਸ ਰਹੇ ਨੇ। ਬੂਟਾ ਜੀ ਇੱਕ ਮੇਰਾ ਸਵਾਲ ਆ, ਇੱਕ ਬੰਦੇ ਤੁਸੀਂ ਕਹਿ ਰਹੇ ਹੋ ਜਥੇਦਾਰ ਬਾਦਲ ਅੰਮ੍ਰਿਤਪਾਲ ਰਲੇ ਹੋਏ ਨੇ, ਹੁਣ ਤੁਸੀਂ ਕਹਿ ਰਹੇ ਹੋ ਅੰਮ੍ਰਿਤਪਾਲ ਨੂੰ ਡਰਾ ਧਮਕਾ ਕੇ ਵੀਡੀਓ ਬਣਾਈ ਗਈ ਆ? ਤੁਸੀਂ ਪਹਿਲੇ ਇੱਕ 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 ਬਿਆਨ ਦਿਓ, ਭੱਜਿਆ ਵਾ ਗ੍ਰਿਫਤ ਚ ਆ ਕੇ ਡਰਾਮੇਬਾਜ਼ੀ? ਜਿਹੜੇ ਜਿਹੜੇ ਲੋਕਾਂ ਦਾ ਵਿਸ਼ਵਾਸ ਟੁੱਟਿਆ ਹੈ, ਜਿਨ੍ਹਾਂ ਜਰਨੈਲ ਭੱਜ ਗਿਆ, ਉਹ ਕਹਿੰਦੇ ਨੇ ਮੈਨੂੰ ਕਹਿੰਦੀ ਲੋੜ ਹੀ ਨਹੀਂ। ਮੈਂ ਲੋਕਾਂ ਦੇ ਵਿੱਚ ਦੀਆਂ ਅਲਝਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ, ਮੀਡੀਆ ਨੂੰ ਇਹ ਆਦਤਾਂ ਹੁੰਦੀਆਂ ਨੇ। ਮੈਂ ਮੀਡੀਆ ਦੀ ਆਦਤ ਦੀ ਨਹੀਂ ਗੱਲ ਕਰ ਰਿਹਾ ਬੂਟਾ ਜੀ, ਮੈਂ ਤੁਹਾਡੇ ਨਾਲ ਜਸਟ ਇੱਕ ਸਵਾਲ ਪੁੱਛਿਆ ਜੋ ਕਿ ਤੁਸੀਂ ਘੁਮਾ ਫਿਰਾ ਕੇ ਜਵਾਬ ਦੇ ਰਹੇ ਹੋ। ਜੇ ਸਾਹਮਣੇ ਖੜ ਕੇ ਗ੍ਰਿਫਤਾਰੀ ਦੇ ਦਿੰਦਾ, ਲੋਕਾਂ ਦਾ ਯਕੀਨ ਬਣ ਜਾਣਾ ਸੀ ਕਿ ਅੰਮ੍ਰਿਤਪਾਲ ਇੱਕ ਲੀਡਰ ਸੀ ਸਿੱਖ ਕੌਮ ਦਾ, ਲੀਡਰਾਂ ਨੂੰ ਗ੍ਰਿਫਤਾਰੀ ਦਿੱਤੀ। ਤੁਹਾਡੀ ਇਹ ਗੱਲ ਨਹੀਂ ਸਮਝ ਆ ਰਹੀ, ਤੁਸੀਂ ਬੀਜੇਪੀ ਨੂੰ ਕਿਉਂ ਵਿੱਚ ਘਸੀਟ ਰਹੇ ਹੋ? ਬੀਜੇਪੀ ਦਾ ਤੇ ਕੁਝ ਲੈਣਾ ਦੇਣਾ ਨਹੀਂ ਵਿੱਚ। ਰਾਜ ਬਹਾਲੀ ਹੈ ਬੈ ਚੱਟੀ ਚੱਕੀ ਚੱਟਾ, ਇਹ ਸ਼ਬਦ ਪੜ੍ਹ ਕੇ ਭਗਵੰਤ ਮਾਨ ਦੀਆਂ ਫੋਟੋਆਂ ਐਡਿਟ ਕੀਤੀਆਂ ਜਾ ਰਹੀਆਂ ਨੇ। ਮੈਨੂੰ 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 ਬੂਟਾ ਸਾਹਿਬ ਇਹ ਗੱਲ ਇੱਕ ਸਮਝਾਇਓ, ਮੈਨੂੰ ਸਮਝ ਨਹੀਂ ਆ ਰਹੀ। ਪਤਾ ਨਹੀਂ ਮੈਂ ਪੱਤਰਕਾਰੀ ਘੱਟ ਕੀਤੀ ਆ, ਤੁਸੀਂ ਜ਼ਿਆਦਾ ਗਿਆਨੀ ਹੋ। ਮੈਂ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਜਿਹੜੇ ਆਪ ਭੱਜਿਆ ਤੁਹਾਡਾ ਅੰਮ੍ਰਿਤਪਾਲ, ਮੈਂ ਨਹੀਂ ਮੁੱਕਰਦਾ, ਮੇਰੀ ਵੀਡੀਓ ਸਾਰੀ ਚਲਾਇਓ ਜਿਵੇਂ ਪਹਿਲਾਂ ਚਲਾਈ ਸੀ। ਮੈਂ ਕਹਿ ਰਿਹਾ ਵੀ ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਸੀ ਉਹ ਚਲਾਈਆਂ ਕਿਹਨੇ? ਮੈਨੂੰ ਵੀਡੀਓ ਨਾਲ ਮੀਡੀਆ ਮੈਨੂੰ ਵੀਡੀਓ ਨਾਲ ਕੋਈ ਮਤਲਬ ਨਹੀਂ, ਅੰਮ੍ਰਿਤਪਾਲ ਨਾਲ ਮੈਨੂੰ ਕੋਈ ਮਤਲਬ ਨਹੀਂ। ਅਸੀਂ ਅੰਮ੍ਰਿਤਪਾਲ ਤੋਂ ਕੀ ਲੈਣ? ਢੱਠੇ ਖੂਹ ਜਾਵੇ, ਅੰਮ੍ਰਿਤਪਾਲ ਪਹਿਲਾਂ ਵੀ ਗਿਆ ਸੀ, ਹੁਣ ਵੀ ਜਾਵੇ। ਕੌਮ ਦਾ ਮਸਲਾ ਬਣਾ ਕੇ, ਧਰਮ ਦਾ ਮਸਲਾ ਬਣਾ ਕੇ ਇੱਥੇ ਗੁੰਡਾਗਰਦੀ ਹਜੇ ਹੋਰ ਹੋਣੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਤਾਂ ਟੀ ਵੀ ਐੱਨ ਆਰ ਆਈ ਦੇ ਨਾਲ, ਅਤੇ ਮੈਂ ਹਾਂ ਤੁਹਾਡੇ ਨਾਲ ਵਿਕਰਮ। ਇਸ ਵਕਤ ਦੀ ਵੱਡੀ ਖਬਰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਪਹਿਲਾਂ ਤਾਂ ਪੰਜਾਬ ਪੁਲਿਸ ਦੇ ਉੱਤੇ ਸਵਾਲ ਉੱਠੇ ਸੀ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਵੱਲੋਂ ਅਤੇ ਪਿਤਾ ਜੀ ਵੱਲੋਂ ਵੀ ਕਿਹਾ ਗਿਆ ਸੀ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ, ਪਰ ਜੋ ਹੁਣ ਸੱਚ ਨਿਕਲ ਕੇ ਸਾਹਮਣੇ ਆਇਆ, ਜੋ ਕਿ ਪੰਜਾਬ ਪੁਲਿਸ ਨੇ ਪਹਿਲਾਂ ਵੀ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਹਲੇ ਹਿਰਾਸਤ 'ਚ ਨਹੀਂ ਆ, ਉਹੀ ਗੱਲ ਹੋਈ। ਹੁਣ ਅੰਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਪਾ ਕੇ ਇਹ ਬਿਆਨ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਨੇ ਇੱਕ ਵੀਡੀਓ ਪਾ ਕੇ ਬਿਆਨ ਦਿੱਤਾ ਹੈ ਕਿ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਮੈਂ ਹਲੇ ਤੱਕ ਗ੍ਰਿਫਤਾਰ ਨਹੀਂ ਹੋਇਆ। ਉੱਥੇ ਹੀ ਉਹਨਾਂ ਨੇ ਇਸ ਮੁੱਦੇ 'ਤੇ ਲੈ ਕੇ ਵੀ ਗੱਲ ਕੀਤੀ ਹੈ, ਅਤੇ ਪ੍ਰਧਾਨ ਮੰਤਰੀ ਬਾਜੇਕੇ ਨੂੰ ਵੀ ਉਹਨਾਂ ਨੇ ਉਸ ਵੀਡੀਓ 'ਚ ਜ਼ਿਕਰ ਕੀਤਾ ਹੈ ਕਿ ਨਜਾਇਜ਼ ਉਹਦੇ ਉੱਤੇ NSA ਲਗਾਈ ਗਈ ਹੈ, ਅਤੇ ਉਸੇ ਗੱਲਾਂ ਨੂੰ ਲੈ ਕੇ ਸਾਡੇ ਨਾਲ ਜੁੜੇ ਨੇ ਇਸ ਵਕਤ ਬੂਟਾ ਸਿੰਘ ਜੀ। ਬੂਟਾ ਸਿੰਘ ਜੀ ਦਾ ਟੀ ਵੀ NRI 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਿਕਰਮ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬੂਟਾ ਜੀ, ਇੱਕ ਵੀਡੀਓ ਸਾਹਮਣੇ ਆਉਂਦੀ ਹੈ ਅੰਮ੍ਰਿਤਪਾਲ ਸਿੰਘ ਦੀ, ਉਹਦੇ ਵਿੱਚ ਅੰਮ੍ਰਿਤਪਾਲ ਸਿੰਘ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਹਲੇ ਤੱਕ ਗ੍ਰਿਫਤਾਰ ਨਹੀਂ ਹੋਇਆ, ਵਾਹਿਗੁਰੂ ਦੀ ਮਿਹਰ ਦੇ ਨਾਲ ਇੰਨੀ ਫੋਰਸ ਮੇਰੇ ਮਗਰ ਲੱਗੀ ਸੀ। ਵਿਕਰਮ ਜੀ ਇੱਕ ਨਾ ਪੰਜਾਬੀ ਦੀ ਕਹਾਵਤ ਹੈ ਕਿ ਬਸ਼ਰਮਾ ਦੀ ਡੁੱਲ ਗਈ ਦਾਲ, ਫਿਰ ਉਹ ਬੰਦਾ ਕਹਿੰਦਾ ਅੱਜ ਤਾਂ ਭੁੰਜੇ ਖਾਂਦੇ ਆ ਜਾਂ ਹਨਾ ਡੋਲ ਡਲ ਖਾਂਦੇ ਆ ਹਨਾ। ਜੀ ਜੀ, ਤੇ ਮੈਂ ਤਾਂ ਚੜ੍ਹਦੀ ਕਲਾ ਵਿੱਚ ਪਰ ਜੇ ਲੋਕਾਂ ਦੇ ਪੁੱਤ ਜੇਲ੍ਹਾਂ ਵਿੱਚ ਜ਼ਰੂਰ ਮੈਂ ਭੇਜ ਦਿੱਤੇ, ਇਹ ਜਵਾਬ ਕੌਣ ਦੇਊਗਾ? ਗੁਰੂ ਪਾਤਸ਼ਾਹ ਨੇ ਆਪਣੇ ਪੁੱਤ ਨੀਹਾਂ ਦੇ ਵਿੱਚ ਤੇ ਚਮਕੌਰ ਦੀ ਗੜੀ ਵਿੱਚ ਲੜਾਏ ਨੇ, ਖੁਦ ਭੱਜੇ ਨੀ ਉੱਥੋਂ, ਸਮਝਦੇ ਇਸ ਗੱਲ ਨੂੰ? ਤੇ ਜੇ ਅੰਮ੍ਰਿਤਪਾਲ ਦਾ ਬਾਲ ਗੰਗਾ ਨਹੀਂ ਹੋਇਆ ਤੇ ਜਿਹੜੇ ਜੇਲ੍ਹਾਂ ਵਿੱਚ ਗਏ ਨੇ ਫਿਰ ਉਹਨਾਂ ਦਾ ਕੀ ਬਣੂ? ਨੰਬਰ 2, ਜਥੇਦਾਰ ਨੇ ਜਿਹੜਾ ਪਹਿਲਾਂ ਬਿਆਨ ਦਿੱਤਾ ਸੀ ਉਹਦੇ ਨਾਲ ਜੋੜ ਕੇ ਦੇਖ ਲਓ। ਹੁਣ ਅੰਮ੍ਰਿਤਪਾਲ ਕੀ ਕਹਿੰਦੇ? ਅੰਮ੍ਰਿਤਪਾਲ ਕਹਿੰਦਾ ਜਸਦਾਰ ਦੀ ਰਹਿਨਮਾਈ ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਜਾਵੇ, ਜਸਦਾਰ ਨੂੰ ਮੈਂ ਅਪੀਲ ਕਰਦਾ, ਇਹਦਾ ਜਵਾਬ ਕੌਣ ਦੇਊਗਾ? ਤੁਹਾਡੇ ਕਹਿਣ ਦਾ ਮਤਲਬ ਕਿ ਜਥੇਦਾਰ ਤੇ ਅੰਮ੍ਰਿਤਪਾਲ ਸਿੰਘ ਰਲੇ ਹੋਏ ਨੇ ਆਪਸ 'ਚ? ਬਿਲਕੁਲ ਬਿਲਕੁਲ, 2015 ਦੇ ਵਿੱਚ ਸਰਬੱਤ ਖਾਲਸਾ ਹੁੰਦਾ ਸੀ ਜਿਹਦੇ ਵਿੱਚ ਜਥੇਦਾਰ ਹਵਾਰੇ ਨੂੰ ਜਥੇਦਾਰ ਬਣਾਇਆ ਗਿਆ ਸੀ, ਠੀਕ ਹੈ ਨਾ? ਤੇ ਨੰਬਰ 2 ਧਿਆਨ ਸਿੰਘ ਮੰਡ ਨੂੰ ਬਣਾਇਆ ਗਿਆ ਸੀ, ਦਾਦੋਬਲ ਨੂੰ ਬਣਾਇਆ ਗਿਆ ਸੀ, ਜਸਵੀਰ ਰੋਡੇ ਸੀ, ਹੋਰ ਬੜੇ ਸੀ, ਤੇ ਉਹਨਾਂ ਲੋਕਾਂ ਨੇ ਪੋਲ ਖੋਲੀ ਸੀ ਕਿ ਇਹ ਸਰਬੱਤ ਖਾਲਸਾ ਬਾਦਲਾਂ ਨੇ ਕਰਵਾਇਆ।
पर किते ना किते कितना किते बूटा जी ये सारे जो आज वीडियो सामने आई है जिस तरह अमृतपाल सिंह दे वालों सारा कहा गया है कि मैं गिरफ्तार नहीं होया ये कोई बादलों का लेना देना है नहीं जिन्होंने तुम उन्होंने बिना गल तो वेच लिया रहे हो। नहीं, जेडी ज्योंदी मच्छी हुंदी है ना वो पानी दे बहा दे विरुद्ध चलती हुंदी है, ठीक जी है। ते जो मच्छी मर जाती है ना वो पानी दे बहा दे मुताबिक चलती हुंदी है, हुण मत हाथ तुहाडे बने कहण कुछ दा रहा मतलब नहीं। कि बादल होणी हुण मर चुके ने। बादल होने भी मर चुके, अमृतपाल भी मरिया हुआ बोल रहा है इस वक्त, जेडी वीडियो आई है वायरल की है। ते 10 दिन पहला कितने से अमृतपाल, हुण तो लोगों के पुत्ता जेलों में बैठे ने, हुण मूहरे आने का फायदा की है। जवाब कौन देगा? नंबर तीजे नंबर से गल होर कर लगा, जेड़े जेड़े अकाल तख्त की गल अमृतपाल कर रहा है कि अकाल तख्त जथेदार बेनती है बेल लाए सरबत खालसा बुलाए, ये उही अकाल तख्त के जथेदार ने जेड़े बादल की कोठी में जाके सरसे वाले को माफी देंदे सी, मानते हो जी नू? पर जेड़ी अमृतपाल सिंह ने एक जथेदार नू अपील की आ उन्होंने ये जिक्र नहीं किया कि रले हुए हैं आप जिस तरह तुसी ओपनली कह रहे हो। ते नहीं बूटा जी मैं बादलों की गल नहीं कर रहा मैं जथेदार की गल कर रहा तुसी कितना प्रूफ करते हो इस चीज़ नू मैं क्यों पर कला प्रूफ कर तो सारी कौम ही कहती है हूं तक तो बादलों के विरुद्ध जथेदार के विरुद्ध धरने लगते रहे ने। जी ये जथेदार बादलों की कठपुतली है, मैं कला थोड़ी कह रहा, सारे कह रहे ने। पर तुसी बादलों नू वेच लिया रहे हो पर इस वक्त बूटा जी गल अमृतपाल सिंह दी वीडियो नू लैके चल रही है। विक्रम जी जेडी वीडियो बनाई गई है ये डरा धमका के बनाई गई है अमृतपाल तो, अमृतपाल के जेडे बोल ने दस रहे ने, वीडियो के पिछे कौन खड़ा है ये एक सब नू पता नहीं है। ये बूटा जी एक मेरा सवाल आ एक बन्ने तुसी कह रहे हो जथेदार बादल अमृतपाल रले हुए ने हुण तुसी कह रहे हो अमृतपाल नू डरा धमका के वीडियो बनाई गई है। बिल्कुल 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 डरा धमका के बनाई गई है, जिहड़ी दिल्ली पुलिस हैगी आ वह बीजेपी के अंडर चल रही है, ये जिहड़ा नाटकबाजी खेती गई ना ये ड्रामे किए गए फिल्मी सीन दिखाए गए लोगों नू, ताडे ठीक है कहना ना। मतलब अमृतपाल सिंह गिरफ्तार आ हाँ 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 पहले तुसी कह रहे हो कि भज्जिया भज्जिया क्यों मैं उही गल्ला करदा, ये सारी ड्रामेबाजी पुलिस ने रल मिल के कीती हुई है, हुण नहीं तुसी तुसी देख जिहड़े पहले अज दे खबर एक चली एक है। बयान दियो भज्जिया वा गिरफ्त च आ के ड्रामेबाजी। ये सारा कुछ सामने आ रहा है, जो तुम अमृतपाल की गल सुनोगे जे जे अमृतपाल गिरफ्तारी दिंदा तो उन्हें भगौड़ा ना कहा जाता, नहीं बूटा ठीक है जी ना। मैं तुहानूं पूछ रहा तुसी अपने जिहड़े बयान दे रहे हो पहले तुसी कहिंदे हो कि वह गिरफ्तार आ फिर तुसी कहिंदे हो कि वह भज्जिया वा ते हुण तुसी कह रहे हो वह जिहड़ा आ कि वह डरा धमका के वीडियो बनाएगी तुसी पहले एक बयान दिओ कि वह है की आ तुसी कहना की चाहते हो। विक्रम जी जेड़ी जेड़ी सियासी चाल इस बार चली जा रही है ना, मैं ओदे ते जो कुछ बोलिया वो मैं सही बोल रहा उस तरीके नाल, तुसीं थोड़ा समझो सियासी कारण की हुंदा है। सब तो पहला जो अमृतपाल नूं भगौड़ा करार दिता गया, अमृतपाल उदो भज्जिया सी कोई दो रामां ने, अज सामने आउंदा है ते अठ फिर दिन तुसीं हुणे नौ मैनूं दिन कहा दस कि वह दिन पुलिस पहला की कीती गिरफ्त सी। दे विच ही आ हाँ मैं कहिंदा सी, मैं अज भी कहिंदा ते फिर वह भज्जिया थोड़ी होया भज्जिया जेड़े जेड़े लोगों का विश्वास टुटिया है जिन्हें जरनैल भज गया वह कहते ने मैनू कहने की लोड़ ही नहीं। तू बूटा जी तुसी हुणे कि पहले पता की क्या तुसी क्या वो भज्जिया क्यों मैं थोनू हुण बार बार तुसी कह कह रहे हो दिता लोग जो कह रहे ने ये सुनो ताडी सुनो बयानबाजी नहीं है कि वो भज्जिया वा मैं लोगों के बीच अलझाउन की कोशिश ना करो करो, मीडिया नू ये आदतां होंदियां ने। मैं मीडिया की आदत की नहीं गल कर रहा बूटा जी मैं ताडे मैं नाल तिन्ने जस्ट गल्लां एक नाल सवाल कहिंदा पूछा जो कि तुसी घुमा फिरा के जवाब दे रहे हो कदी तुसी कह रहे हो भज्जिया कदी तुसी मैं कह रहे हो तिन्ने ड्रामा गल्लां कदी नाल तुसी कह रहे हो पुलिस कहिंदा, की गिरफ्त च। गल सुन लो मेरी गल कर दियो मैनू, मैं जी जी तिन्ने बोलो बोलो गल्लां सुन करके रहे आप तुहानूं ही सुनने लई बैठे हां दसो सुनो सुनो तिन्ने गल्लां दे नाल सहमत हां मैं। जदों अमृतपाल नूं पुलिस अरैसट करन वास्ते आउंदी है उदों जे सामने खड़ के गिरफ्तारी दे दिंदा लोगों का यकीन बन जाना सी कि अमृतपाल एक लीडर सी सिख कौम का, लीडरां नूं गिरफ्तारी दित्ती, ठीक है। मैं जेड़ा कुछ कहना मैं तो वो कहना ही कहना, मेरी मेरे कान में कोई गल पा के मुंह तो कढ़ा नहीं सकता, मैं पहला देखा मैं तो वही गल कहनी जी मैंने चंगी लगती मैं वही कहनी है, जी ते समझो इस गल नूं जी उन्हूं भगौड़ा करार नहीं दिता गया ओदी बेवकूफी दे कारण। जी जे गिरफ्तार होया तां पुलिस नाल मिली भुगत है, बीजेपी दे विच कितने कि साजिश सामने आई है,
ਜਿਹੜੀ ਅੱਜ ਦੀ ਖਬਰ ਚਲਾਈ ਗਈ ਤੁਸੀਂ ਉਹਨੂੰ ਧਿਆਨ ਨਾਲ ਦੇਖੋ ਜਿਹੜੀ ਅੱਜ ਦੀ ਖਬਰ ਚਲਾਈ ਗਈ। ਪੂਠਾ ਜੀ ਮੈਨੂੰ ਤੁਹਾਡੀ ਇਹ ਗੱਲ ਨਹੀਂ ਸਮਝ ਆ ਰਹੀ, ਤੁਸੀਂ ਬੀਜੇਪੀ ਨੂੰ ਕਿਉਂ ਵਿੱਚ ਘਸੀਟ ਰਹੇ ਹੋ? ਬੀਜੇਪੀ ਦਾ ਤੇ ਕੁਝ ਲੈਣਾ ਦੇਣਾ ਨਹੀਂ ਵਿੱਚ। ਅਸਾਮ ਦੇ ਵਿੱਚ ਜਿਹੜੀ ਜੇਲ੍ਹ ਦੇ ਵਿੱਚ ਭੇਜੇ ਗਏ ਨੇ ਬੰਦੇ ਉਹ ਸੈਂਟਰ ਦੇ ਅੰਡਰ ਹੀ ਸਭ ਕੁਛ ਆਉਂਦਾ ਹੈ ਗ੍ਰਹਿ ਮੰਤਰੀ ਤੋਂ। ਬੂਟਾ ਜੀ ਉਹ ਇਸ ਕਰਕੇ ਗ੍ਰਹਿ ਮੰਤਰੀ ਨਾਲ ਭਗਵੰਤ ਮਾਨ ਨੇ ਵੀ ਮੀਟਿੰਗ ਕੀਤੀ ਸੀ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ, ਉਹ ਇਸ ਕਰਕੇ ਅਸਾਮ ਭੇਜੇ ਗਏ ਨੇ ਤਾਂ ਕਿ ਪੰਜਾਬ ਦੀ ਜੇਲ੍ਹਾਂ 'ਚ ਰੱਖ ਕੇ ਸੁਰੱਖਿਆ ਦਾ ਕੋਈ ਡਰ ਨਾ ਹੋਵੇ। ਬਿਕਰਮ ਜੀ ਕੁੱਤਾ ਰਾਜ ਬਹਾਲੀ ਹੈ ਬੈ ਚੱਟੀ ਚੱਕੀ ਚੱਟਾ ਹੈ ਇਹ ਸ਼ਬਦ ਪੜ੍ਹ ਕੇ ਭਗਵੰਤ ਮਾਨ ਦੀਆਂ ਫੋਟੋਆਂ ਐਡਿਟ ਕੀਤੀਆਂ ਜਾ ਰਹੀਆਂ ਨੇ, ਸਮਝਦੇ ਚੀਜ਼ ਨੂੰ। ਤੇ ਭਗਵੰਤ ਮਾਨ ਨੇ ਤੇ ਕੱਲ ਟਵੀਟ ਵੀ ਕੀਤਾ ਸੀ ਜਥੇਦਾਰ ਨੂੰ ਲੈ ਕੇ, ਉਹਨਾਂ ਨੇ ਕਿਹਾ ਸੀ ਕਿ ਜੇ ਬਾਦਲਾ ਬੇਅਦਬੀ ਦੀ ਗੱਲ ਕਰਨ ਉਹਨਾਂ ਦਾ ਹਿਸਾਬ ਕਿਤਾਬ ਮੰਗਣ ਤੇ ਉਹ ਜ਼ਿਆਦਾ ਵਧੀਆ ਵਾ। ਜਿੱਦਾਂ ਤੁਸੀਂ ਮੈਨੂੰ ਮੈਨੂੰ ਗੱਲ ਪੂਰੀ ਕਰ ਲਿਓ, ਜਿਹੜੀ ਜਿਹੜੀ ਇਹ ਤਾਣਾ ਬਾਣਾ ਬਣਿਆ ਜੀ ਮੈਨੂੰ ਗੱਲ ਕਰ ਲਾਂ ਜੀ ਉਹਨਾਂ ਨੇ ਸੁਣ ਲੈਣਗੇ। ਕਰੋ ਤੇ ਇਹ ਸਭ ਕੁਝ ਜੋ ਹੋਇਆ ਬਾਦਲਾਂ ਦੇ ਕਹਿਣ ਮੁਤਾਬਕ ਬੀਜੇਪੀ ਦੇ ਸਾਰੇ 'ਚ ਹੋ ਰਿਹਾ। ਮੈਨੂੰ ਇਹ ਗੱਲ ਮੈਨੂੰ 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 ਬੂਟਾ ਸਾਹਿਬ ਇਹ ਗੱਲ ਇੱਕ ਸਮਝਾਇਓ, ਮੈਨੂੰ ਸਮਝ ਨਹੀਂ ਆ ਰਹੀ। ਪਤਾ ਨਹੀਂ ਮੈਂ ਪੱਤਰਕਾਰੀ ਘੱਟ ਕੀਤੀ ਆ, ਤੁਸੀਂ ਜ਼ਿਆਦਾ ਗਿਆਨੀ ਹੋ। ਇੱਕ ਬੰਨੇ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਰਲਿਆ, ਇੱਕ ਬੰਨੇ ਤੁਸੀਂ ਕਹਿ ਰਹੇ ਹੋ ਮੋਦੀ ਰਲਿਆ, ਇੱਕ ਬੰਨੇ ਤੁਸੀਂ ਕਹਿ ਰਹੇ ਹੋ ਬਾਦਲ ਰਲਿਆ, ਇੱਕ ਬੰਨੇ ਤੁਸੀਂ ਕਹਿ ਰਹੇ ਹੋ ਅੰਮ੍ਰਿਤਪਾਲ ਨੂੰ ਡਰਾਇਆ ਧਮਕਾਇਆ ਗਿਆ, ਇਹ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮੈਨੂੰ ਇੱਕ ਗੱਲ ਦਾ ਜਵਾਬ ਤੇ ਦਿਓ। ਜਿਹੜੇ ਤੁਸੀਂ ਮੀਡੀਆ ਵਿੱਚ ਬੰਦੇ ਕੰਮ ਕਰਦੇ ਹੋ ਨਾ, ਤੁਹਾਨੂੰ ਇਹ ਆਦਤਾਂ ਪੈ ਜਾਂਦੀਆਂ ਨੇ ਗੱਲ ਨੂੰ ਕਿੰਨਾ ਘਮਾਉਣਾ ਉਂਗਲ ਤੇ, ਹਨਾ ਜੀ। ਮੈਂ ਤੇ ਇੱਕ ਤੁਹਾਡੇ ਕੋਲ ਸਵਾਲ ਪੁੱਛ ਰਿਹਾ, ਇਹ ਤੇ ਤੁਸੀਂ ਸਵਾਲ ਤੋਂ ਭੱਜ ਰਹੇ ਹੋ, ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮੁੱਕਦੀ ਗੱਲ ਇਹ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਭੱਜਿਆ ਤੁਹਾਡਾ ਅੰਮ੍ਰਿਤਪਾਲ, ਅੱਜ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਨੇ, ਜਿਹੜੀਆਂ ਫੋਟੋਆਂ ਐਡਿਟ ਕਰ ਕਰਕੇ ਪਾਈਆਂ ਗਈਆਂ, ਉਹ ਭਗਵੰਤ ਮਾਨ ਨੇ ਤਾਂ ਪਾਈਆਂ ਨੇ ਜੀ, ਉਹ ਤਾਂ ਮੀਡੀਆ ਨੇ ਦਿਖਾਈਆਂ ਨੇ। ਆਪਾਂ ਕਿਹੜੀ ਐਡਿਟ ਕਰਕੇ ਪਾਈਆਂ? ਆਪਾਂ ਦੱਸੋ ਕਿਹੜੀ, ਉਹ ਜਿਹੜੀ ਸੀਸੀਟੀਵੀ ਵੀਡੀਓਜ਼ ਆਈਆਂ ਸੀ ਪਹਿਲੇ, ਤੁਸੀਂ ਮੇਰੇ ਨਾਲ ਤੁਹਾਡੀ ਲਾਸਟ ਇੰਟਰਵਿਊ ਹੋਈ ਸੀ ਬਿਕਰਮ ਜੀ ਲੋਕਾਂ ਕੋਲ ਜਿਹੜੀਆਂ ਵੀਡੀਓ ਗਈਆਂ ਨੇ ਉਹ ਭਗਵੰਤ ਮਾਨ ਨੇ ਨਹੀਂ ਚੱਕ ਕੇ ਪਾਤੀਆਂ, ਸੁਣੋ ਗੇ ਗੱਲ ਨਾ ਮੈਂ ਵੀਡੀਓ ਨੂੰ ਗਲਤ ਕਮਾ ਨਾ ਮੈਂ ਸਹੀ ਕਮਾ ਮੈਂ ਤਾਂ ਗੱਲ ਇਹ ਕਰ ਰਿਹਾ ਆਪਣੇ ਜਵਾਬ ਤੋਂ ਮੁੱਕਰ ਰਹੇ ਹੋ। ਮੈਂ ਨੀ ਮੁੱਕਰਦਾ, ਮੇਰੀ ਵੀਡ ਸਾਰੀ ਚਲਾਇਓ ਜਿਵੇਂ ਪਹਿਲਾਂ ਚਲਾਈ ਸੀ। ਮੈਂ ਕਹਿ ਰਿਹਾ ਵੀ ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਸੀ ਉਹ ਚਲਾਈਆਂ ਕਿਹਨੇ, ਇਹ ਗੱਲ ਕੀਤੀ ਹੈ। ਮੈਨੂੰ ਵੀਡੀਓ ਨਾਲ ਕੋਈ ਮਤਲਬ ਨੀ, ਅੰਮ੍ਰਿਤਪਾਲ ਨਾਲ ਮੈਨੂੰ ਕੋਈ ਮਤਲਬ ਨੀ। ਅਸੀਂ ਅੰਮ੍ਰਿਤਪਾਲ ਤੋਂ ਕੀ ਲੈਣ, ਢੱਠੇ ਖੂਹ ਜਾਵੇ ਅੰਮ੍ਰਿਤਪਾਲ, ਪਹਿਲਾਂ ਵੀ ਗਿਆ ਸੀ ਹੁਣ ਵੀ ਜਾਵੇ। ਜਿਹੜਾ ਅਸਲ ਮੁੱਦਾ ਉਹਦੇ ਤੇ ਗੱਲ ਕਰੋ, ਮੁੱਦਾ ਇਹ ਹੈਗਾ ਵੀ ਜਿਹੜੀ ਬਾਦਲਾਂ ਦੀ ਪਲੈਨਿੰਗ ਬੀਜੇਪੀ ਰਾਹੀਂ ਹੋਈ ਹੈ, ਜਿਹੜਾ ਇਕੱਠ ਅੰਮ੍ਰਿਤਪਾਲ ਦੇ ਪਿੱਛੇ ਸੀ ਉਹਨੂੰ ਕੈਸ਼ ਕਿੱਦਾਂ ਕਰਨਾ। ਹੁਣ ਅੰਮ੍ਰਿਤਪਾਲ ਇਹ ਸਿੱਧੇ ਤੌਰ ਤੇ ਚਮਚਾਗਿਰੀ ਕਰਕੇ ਕਹਿ ਰਿਹਾ ਵੀ ਜਥੇਦਾਰ ਨੂੰ ਅਪੀਲ ਹੈ ਸਰਬੱਤ ਖਾਲਸਾ ਵਿਸਾਖੀ ਤੇ ਬੁਲਾਵੇ, ਕੌਮ ਦਾ ਮਸਲਾ ਬਣਾ ਕੇ, ਧਰਮ ਦਾ ਮਸਲਾ ਬਣਾ ਕੇ ਇੱਥੇ ਗੁੰਡਾਗਰਦੀ ਹਜੇ ਹੋਰ ਹੋਣੀ ਹੈ। ਜੇ ਨਹੀਂ ਹੋਣੀ ਤੁਸੀਂ ਮੈਨੂੰ ਦੱਸ ਦਿਓ। ਜਿਹੜੇ ਬੰਦੇ ਬਾਦਲਾਂ ਦੇ ਵਿਰੁੱਧ ਬੋਲਦੇ ਸੀ, ਸਰਬੱਤ ਖਾਲਸਾ ਬੁਲਾਇਆ ਗਿਆ, ਜਿਹਦੇ ਬਾਦਲਾਂ ਨੇ ਜਥੇਦਾਰ ਤੋਂ ਸਰਸੇ ਵਾਲੇ ਨੂੰ ਮਾਫ਼ੀ ਮੰਗਾਈ ਆਪਣੀ ਕੋਠੀ ਵੀ ਸੱਦ ਕੇ, ਉਸ ਜਥੇਦਾਰ ਦੇ ਅੰਡਰ ਹੁਣ ਸਰਬੱਤ ਖਾਲਸਾ ਹੋਊਗਾ। ਜਥੇਦਾਰ ਬਾਦਲਾਂ ਦੀ ਕੱਠ ਪੁੱਛ ਲਈ ਹੈ, ਇਹ ਮੈਨੂੰ ਕਹਿਣ ਦੀ ਲੋੜ ਨੀ, ਸਾਰੀ ਦੁਨੀਆਂ ਕਹਿੰਦੀ ਹੈ। ਜੀ ਬੂਟਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਸੋ ਇਹ ਸਨ ਸਾਡੇ ਨਾਲ ਬੂਟਾ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਅੰਮ੍ਰਿਤਪਾਲ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ, ਅਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਜਿਹੜਾ ਜਥੇਦਾਰ ਆ ਉਹ ਇੱਕ ਬਾਦਲਾਂ ਦੀ ਕਠਪੁਤਲੀ ਆ। ਸੋ ਇੱਦਾਂ ਦੀਆਂ ਹੋਰਾਂ ਇੰਟਰਵਿਊਜ਼ ਦੇ ਲਈ ਬਣੇ ਰਹੋ ਦਾ ਟੀਵੀ NRI ਦੇ ਨਾਲ। ਸਤਿ ਸ਼੍ਰੀ ਅਕਾਲ। ਇੱਕ ਔਰਤ ਹੀ ਸਮਝ ਸਕਦੀ ਹੈ ਇੱਕ ਔਰਤ ਦਾ ਦੁੱਖ, ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਸਿਰਫ 5 ਘੰਟਿਆਂ ਵਿੱਚ। ਗੁਰੂ ਮਾਂ ਜੀ 26 ਸਾਲਾਂ ਤੋਂ ਸਥਾਪਿਤ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ, ਇੱਧਰ ਉੱਧਰ ਨਾ ਭਟਕੋ, ਸਮੱਸਿਆ ਤੁਹਾਡੀ, ਸਮਾਧਾਨ ਸਾਡਾ। ਕਾਲੇ ਇਲਮ ਦੀ ਘਾਟ ਸਾਡੇ ਕੋਲ, ਹਰ ਪਾਸਿਓਂ ਨਿਰਾਸ਼ ਇੱਕ ਵਾਰ ਜ਼ਰੂਰ ਫੋਨ ਕਰੋ, ਕਾਲ ਜਾਂ ਵਟਸਐਪ ਕਰੋ 07-40-7826-192। ਸਪੈਸ਼ਲਿਸਟ ਲਵ ਮੈਰਿਜ, ਵਸ਼ੀਕਰਨ, ਕਿੱਤਾ ਕਰਾਇਆ, ਜਾਦੂ ਟੋਣਾ, ਘਰੇਲੂ ਕਲੇਸ਼, ਸੌਤਨ ਦੁਸ਼ਮਣ ਤੋਂ ਛੁਟਕਾਰਾ, ਮੁੱਠੀਕਰਨ, ਬੱਚਿਆਂ ਦਾ ਪੜ੍ਹਾਈ 'ਚ ਮਨ ਨਾ ਲੱਗਣਾ, ਪਤੀ ਪਤਨੀ ਤੇ ਪ੍ਰੇਮਿਕਾ ਨੂੰ ਵਸ 'ਚ ਕਰਵਾਓ, ਨੌਕਰੀ ਕਾਰੋਬਾਰ ਅਤੇ ਲੋਟਰੀ। ਸਾਡੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ, 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ। ਗੁਰੂ ਮਾਂ ਜੀ, ਕਾਲ ਜਾਂ ਵਟਸਐਪ ਕਰੋ 07-40-7826-192।